स्वागत है किसान वीरों तुहाडा यूट्यूब चैनल सिदक डेयरी फार्मिंग दे विच। किसान वीरों अज जिहड़ी वीडियो बना रहे हैं पिंड थांदे वाला तहसील ते जिला श्री मुक्तसर साहब की है। इस एरिए दे विच दोस्तों जिहड़ा नैशनल लाइव स्टॉक चैंपियनशिप बहुत लंबा टाइम चलती रही है, मेला इत्थे हुंदा रहा पशु मेला, उहदे करके इस एरिए दे विच पशु पालन का शौक बहुत ज़्यादा है। तो कई वीर पुछदे हुंदे वी किहड़े एरिए दे विचों मझ जां गां चंगी मिल सकती है, तो कई बार ये जरूर सुजैशन दिती है भी जां तां जिहड़ा PDF जगराऊं दे विच लगदा गां उधरले एरिए च ज़्यादा चंगी देखी जाती है, तो जां इत्थे जिहड़ा मेला होण नाल क्योंकि लोकां च इंट्रस्ट बनदा है, तो उहदे करके मझां दोस्तों मुक्तसर एरिए दीआं चंगीआं रहीआं जिन्ना कु हुण तक देखदे होणे आ। अज दी वीडियो दे विच दोस्तों ये शकीन वीर दे पशु आ, तो इन्हां दे विचों इक सामने जिहड़ी गां इन्होंने वेचनी है सून दे नेड़ आ। डिटेल च बाई नाल गलबात करांगे, वीडियो नूं एंड तक जरूर देखियो। अगे जाके नंबर भी इन्हां दा जिहड़ा उह स्क्रीन उत्ते चलूगा, उस नंबर उत्ते तुसीं कॉन्टैक्ट करके इन्हां तक पहुँच सकदे हो गां नूं खरीदण वास्ते। आओ बाई नाल पहलां गलबात करदे हां दोस्तों, फिर तुहानूं गां तोर के दिखावांगे। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਨਾਮ ਦੱਸੀ ਵੀਰੇ ਆਪਦਾ? ਜਸਪ੍ਰੀਤ ਸਿੰਘ। ਜਸਪ੍ਰੀਤ ਸਿੰਘ, ਪਸ਼ੂ ਪੁਰਾਣੇ ਹੀ ਰੱਖਦੇ ਹੋ? ਹਾਂਜੀ। ਮੇਲਿਆਂ ਦਾ ਵੀ ਸ਼ੌਂਕ ਹੈ? ਮੇਲੇ ਤੇ ਵੀ ਇੱਕ ਦੋ ਪਸ਼ੂ ਲਾਏ ਸੀਗੇ। ਅੱਛਾ। ਅਸੀਂ ਇੱਕ ਦੋ, ਇੱਕ ਤਾਂ ਸੇਲ ਕਰਤਾ, ਇੱਕ ਆ ਮੱਝ ਆਈ ਸੀ ਬਰੀਡ ਦੇ ਵਿੱਚ। ਠੀਕ ਹੈ। ਨੀਲੀ ਰਾ ਵਿੱਚ ਪੈਂਦੀ ਹੈ। ਉਹ ਦੂਜੇ ਸੂਏ ਸੀਗੀ ਇਹ। ਠੀਕ ਹੈ। ਇਹ ਕਿੰਨਾ ਕੁ ਮੱਝ ਕਿੰਨਾ ਕੁ ਦੁੱਧ ਕਰਦੀ ਰਹੀ ਵੀਰੇ? ਇਹ 15-16 ਕਿਲੋ ਦੁੱਧ ਇਹ ਥੱਲੇ ਚੱਲਿਆ ਸੀ ਦੂਜੇ ਤੀਜੇ ਸੂਏ। ਉਸ ਤੋਂ ਬਾਅਦ ਮੇਲਾ ਸੀਗਾ ਪਟਿਆਲੇ ਜਾਂਦਾ ਰਿਹਾ, ਫਿਰ ਅਸੀਂ ਇੱਥੇ ਜੇ ਹੁੰਦਾ ਤਾਂ ਉਹਦੀ ਤਿਆਰੀ ਕੀਤੀ ਸੀ। ਠੀਕ ਹੈ। ਫਿਰ ਉਹਦੇ ਕਰਕੇ ਅਸੀਂ ਫਿਰ ਨਹੀਂ ਲੈ ਕੇ ਗਏ। ਹੁਣ ਅੱਗੇ ਇਹ ਗੱਭਣ ਹੈ? ਹੁਣ ਇਹ ਗੱਭਣ ਅੱਗੇ। ਠੀਕ ਹੈ। ਤੇ ਗਾਂਆਂ ਦੇ ਵਿੱਚ ਜਿਹੜੀਆਂ ਇਹ ਆਪਾਂ ਗਾਂ ਵੇਚਣੀ ਹੈ ਇਹਦੇ ਬਾਰੇ ਦੱਸਦੀ ਨੇ, ਸੂਆ ਕਿੰਨਵਾਂ ਸੋਹਣਾ? ਇਹਨੇ ਦੂਜੇ ਸੂਏ ਸੋਹਣਾ ਵੀਰੇ। ਠੀਕ ਹੈ। ਉਮਰ ਇਹਦੀ ਕਿੰਨੀ ਕੁ ਆ, ਦੰਦੋਂ ਕਿਵੇਂ ਹੈ? ਉਮਰ ਇਹ 6 ਦੰਦ ਆ ਵੀਰੇ। ਹਜੇ 6 ਦੰਦ ਹੋਣ ਹੋਈ ਹੈ। ਠੀਕ ਹੈ। ਪਹਿਲੇ ਸੂਏ ਦੁੱਧ ਇਹਨੇ ਕਿੰਨਾ ਕੁ ਦਿੱਤਾ? ਪਹਿਲੇ ਸੂਏ ਨੇ 30 ਤੋਂ ਲੈ ਕੇ 32 ਕਿਲੋ ਦੁੱਧ ਦਿੱਤਾ ਇਹਨੇ। ਠੀਕ ਹੈ। 30-32 ਕਿਲੋ ਦੁੱਧ ਇਹ ਕਰਦੀ ਰਹੀ ਹੈ। ਠੀਕ ਹੈ। ਅੱਛਾ, ਇਹਦਾ ਰਿਕਾਰਡ ਪਤਾ ਹੈ ਕਿਹੜੇ ਸੀਮਨ ਦੀ ਆ? ਹਾਂਜੀ, ਇਹ ਹੰਟਰ ਦੀ ਹੈ। ਇਹ ਜਿਹੜਾ ਰਿਕਾਰਡ ਹੈ ਇੱਥੇ ਸਾਡੇ ਪਿੰਡ ਹੀ ਹਸਪਤਾਲ ਉਹਦੇ ਵਿੱਚ ਦਰਜ ਆ। ਠੀਕ ਹੈ। ਇਹ ਹੰਟਰ ਦੀ ਹੈ ਵੀ ਇਹ 13-14 ਜਨਵਰੀ ਦੇ ਲਗਭਗ ਇਹ 4 ਸਾਲ ਦੀ ਹੋ ਜਾਊਗੀ। ਠੀਕ ਹੈ। ਤੇ ਇਹਦੇ ਹੁਣ ਅੱਗੇ ਸੀਮਨ ਕਿਹੜਾ ਲੱਗਾ? ਅੱਗੇ ਨੂੰ ਐਸਟਰੀਮੈਨ ਬੁੱਲ ਦਾ ਲੱਗਿਆ, ਉਹ ਫਰਾਂਸ ਦਾ ਇੰਪੋਰਟਡ ਬੁੱਲ ਹੈ। ਠੀਕ ਹੈ। ਫਰਾਂਸ ਦਾ ਇੰਪੋਰਟਡ ਹੈ, ਸਰਕਾਰੀ ਸੀਮਨ ਹੀ ਸੀਗਾ ਇਹ? ਹਾਂਜੀ, ਸਰਕਾਰੀ ਡਾਕਟਰ ਤੋਂ ਲਵਾਇਆ ਸੀ। ਠੀਕ ਹੈ। ਤੇ ਹੋਰ ਵੀ ਕਿਸੇ ਪਸ਼ੂ ਦੇ ਆਪਾਂ ਇਹ ਲਵਾਇਆ ਸੀਗਾ ਐਸਟਰੀਮੈਨ? ਹਾਂਜੀ, ਉਹ ਅੱਗੇ ਇਸ ਦੇ ਲਵਾਇਆ ਸੀ। ਠੀਕ ਹੈ। ਉਹ ਬੱਚੀ ਹੈ। ਠੀਕ ਹੈ ਦੋਸਤੋ, ਇਹ ਮੈਂ ਪਹਿਲਾਂ ਹੀ ਗੱਲ ਕਰ ਲਈ ਸੀ ਤੇ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਇਹ ਬੱਚੀ ਵੀ ਜ਼ਰੂਰ ਦਿਖਾ ਦੂੰ, ਕਿਉਂਕਿ ਜਿਹੜਾ ਇਸ ਬੱਚੀ ਦਾ ਪਿਓ ਆ ਉਹਦਾ ਹੀ ਸੀਮਨ ਉਸ ਗਾਂ ਦੇ ਵੀ ਲੱਗਾ ਜਿਹੜੀ ਦੂਜੀ ਗਾਂ। ਬਾਕੀ ਸਰਕਾਰੀ ਰਿਕਾਰਡ ਦੋਸਤੋ ਉਹਦੇ ਮੁਤਾਬਕ ਇਹਦੀ ਉਮਰ ਵੀ ਤੁਸੀਂ ਦੇਖ ਸਕਦੇ ਆ, ਤੇ ਨਾਲ ਇਹਦੇ ਫਾਦਰ ਦਾ ਜਿਹੜਾ ਰਿਕਾਰਡ ਉਹ ਵੀ ਸਰਕਾਰੀ ਰਜਿਸਟਰ ਦੇ ਵਿੱਚ ਬਕਾਇਦਾ ਰਿਕਾਰਡ ਹੈ ਇਸ ਗਾਂ ਦਾ, ਜਿਹੜਾ ਪਿਓ ਆ ਉਹ ਵੀ ਬਾਈ ਜੀ ਹੋਰਾਂ ਨੂੰ ਪਤਾ ਹੈ। ਅੱਛਾ, ਇਹਦਾ ਹੁਣ ਕਿੰਨਾ ਚ ਰਹਿੰਦਾ ਸੂਨ ਚ ਵੀਰੇ? ਹੁਣ ਇਹਦੇ 5-6 ਦਿਨ ਪੂਰੇ ਹੋਣ ਚ ਰਹਿੰਦੇ ਆ, ਬਾਕੀ ਵੇਖੋ ਜੇ ਦਿਨ ਵੱਧ ਜਾਂਦੀ ਹੈ ਤਾਂ। ਠੀਕ ਠੀਕ ਹੈ। ਤੇ ਕੀ ਰੇਟ ਕਰ ਦਿਓ ਇਹਦਾ ਬਾਈ? ਰੇਟ ਇਹਦਾ ਵੀਰੇ 90,000 ਕਰ ਦਿਓ। 90,000। ਠੀਕ ਹੈ ਦੋਸਤੋ, 90,000 ਡਿਮਾਂਡ ਹੈ, ਛੋਟੇ ਕੰਨ ਦੀ ਹੈ ਬਿਲਕੁਲ। ਬਾਕੀ ਘਰੇਲੂ ਗਾਂ ਦੋਸਤੋ ਹੱਥ ਦੀ ਚਵਾਈ ਵਾਲੀ, ਹਵਾਨੇ ਤੇ ਨਾੜਾਂ ਦੇਖ ਸਕਦੇ ਆ, ਤੋਰ ਕੇ ਤੁਹਾਨੂੰ ਇਹ ਦਿਖਾਵਾਂਗੇ। ਕੱਬਦੇ ਦਾ ਬਹੁਤ ਜ਼ਿਆਦਾ ਉੱਚੀ ਲੰਬੀ ਹੈ। ਬਾਕੀ ਆਪ ਵੀ ਚੰਗੇ ਸੀਮਨ ਦੀ, ਤੇ ਅੱਗੇ ਜਿਹੜਾ ਇਹਦੇ ਸੀਮਨ ਲੱਗਾ ਉਹ ਤੁਹਾਨੂੰ ਵਾਰ ਵਾਰ ਦਿਖਾਉਣ ਨੂੰ ਜੀ ਕਰਦਾ, ਕਿਉਂਕਿ ਉਸ ਸੀਮਨ ਦੇ ਬੱਚੇ ਲੱਗਦਾ ਸੋਹਣੇ ਆਉਣਗੇ। ਬੱਚੀ ਤੁਸੀਂ ਦੇਖ ਸਕਦੇ ਆ, ਛੋਟੇ ਜਿਹੇ ਮੂੰਹ ਵਾਲੀ ਸੇਮ ਹੀ ਦੋਸਤੋ, ਇਹਨੂੰ ਠਾਈ ਬਈ। ਹਾਲਾਂਕਿ ਦੋਸਤੋ ਇਹ ਹੋਰ ਗਾਂ ਦੀ ਵੱਛੀ ਹੈ, ਪਰ ਇਹ ਤੁਹਾਨੂੰ ਤਾਂ ਦਿਖਾ ਰਿਹਾ ਕਿਉਂਕਿ ਜਿਹੜਾ ਇਸ ਵੱਛੀ ਦਾ ਪਿਓ ਆ ਫਾਦਰ ਵਾਲੇ ਪੱਖ ਤੋਂ, ਇਹਦਾ ਜਿਹੜਾ ਫਾਦਰ ਹੈ ਉਹੀ ਦੋਸਤੋ ਉਸ ਗਾਂ ਦੇ ਵੀ ਸੀਮਨ ਉਹੀ ਲੱਗਾ, ਸੇਮ ਲੱਗਾ। ਖੋਲ ਲਈ ਇਹਨੂੰ ਬਈ, ਤੋਰ ਕੇ ਦਿਖਾਵਾਂਗੇ ਦੋਸਤੋ ਤੁਹਾਨੂੰ। ਦੋਸਤੋ ਗਾਂ ਤੁਹਾਨੂੰ ਤੋਰ ਕੇ ਦਿਖਾਉਣੇ ਆ। ਕੱਦ ਕਾਠ ਬਹੁਤ ਜ਼ਿਆਦਾ ਆ, ਉੱਚਾ ਲੰਬਾ ਕੱਦ ਹੈ, ਹਵਾਨਾ ਵੱਡਾ। ਹਜੇ 5-6 ਦਿਨ ਪੂਰੇ ਹੋਣ ਚ ਰਹਿੰਦੇ ਆ, ਤੇ ਦਿਨ ਹਜੇ ਦੋਸਤੋ ਇਹਨੇ ਲੈ ਜਾਣੇ ਆ ਅੱਗੇ। ਬਹੁਤ ਸੋਹਣੀ ਗਾਂ, ਬਾਕੀ ਬਾਈ ਨੇ ਸੰਭਾਲੀ ਚੰਗੀ ਹੈ, ਠੀਕ ਬਾਡੀ ਵੇਟ ਹੈ। ਬਸ ਮੋੜ ਲਾ ਬਾਈ, ਮੂੰਹ ਮੱਥੇ ਦੀ ਸੋਹਣੀ ਹੈ, ਚੰਗੇ ਸੀਮਨ ਦੀ ਆਪ ਹੈ, ਜਿਹੜਾ ਅੱਗੇ ਸੀਮਨ ਲੱਗਾ ਉਹ ਵੀ ਚੰਗਾ ਲੱਗਾ, ਦੇਖ ਸਕਦੇ ਹਾਂ ਦੋਸਤੋ। ਬਸ ਬੰਨਦੇ ਵੀਰੇ, ਹਵਾਨਾ ਦੋਸਤੋ ਭਲੂਣ ਉੱਤਰਨੀ ਸ਼ੁਰੂ ਹੋ ਗਈ ਹੈ, ਹਵਾਨਾ ਵੱਡਾ ਬਣਾਊਗੀ, ਟਾਈਮ ਹਜੇ ਇਹਨੇ ਲੈ ਜਾਣਾ। 90,000 ਡਿਮਾਂਡ ਹੈ। ਬਾਕੀ ਇਦੋਂ ਅੱਗੇ ਦੋਸਤੋ ਜਿਹੜੀ ਵੀ ਤਸੱਲੀ ਦੀ ਲੋੜ ਆ, ਪਰਖ ਦੀ ਲੋੜ ਆ, ਉਹ ਤੁਸੀਂ ਆਪ ਕਰਨੀ ਹੈ। ਮੇਰੇ ਜਿਹੜਾ ਕੰਮ ਆ ਦੋਸਤੋ ਵੀਡੀਓ ਦੇ ਵਿੱਚ ਪਸ਼ੂ ਤੁਹਾਨੂੰ ਹਰੇਕ ਪੱਖ ਤੋਂ ਦਿਖਾ ਦੇਣਾ, ਬਾਕੀ ਬੇਸਿਕ ਇਨਫੋਰਮੇਸ਼ਨ ਤੁਹਾਨੂੰ ਲੈ ਕੇ ਦਿੱਤੀ ਜਾਂਦੀ ਹੈ। ਗਾਈਆਂ ਬਾਈ ਕੋਲ ਵੈਸੇ ਵੀ ਦੋਸਤੋ ਚੰਗੀਆਂ ਰੱਖੀਆਂ ਵੀ ਆ ਘਰੇ, ਸੀਮਨ ਜਿਹੜਾ ਸਰਕਾਰੀ ਭਰਾਉਂਦੇ ਆ ਪਰ ਚੰਗੇ ਰਿਕਾਰਡ ਵਾਲਾ। ਸੋ ਦੋਸਤੋ ਇਹ ਗਾਂ ਜਿਹੜੇ ਵੀਰ ਦੇ ਪਸੰਦ ਆਉਂਦੀ ਹੈ, ਨੰਬਰ ਇਹਨਾਂ ਦਾ ਸਕਰੀਨ 'ਤੇ ਲੱਗਾ, ਇਸ ਨੰਬਰ ਉੱਤੇ ਤੁਸੀਂ ਕਾਲ ਜਦੋਂ ਮਰਜ਼ੀ ਕਰ ਸਕਦੇ ਹੋ। ਧੰਨਵਾਦ ਦੋਸਤੋ ਵੀਡੀਓ ਦੇਖਣ ਵਾਸਤੇ।